ਪੰਜਾਬ ਸਰਕਾਰ ਵੱਲੋਂ ਜਿਹੜੇ ਵਾਦੇ ਸਰਕਾਰ ਬਣਨ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤੇ ਸੀ ਉਹ ਕੋਈ ਵਾਦਾ ਵੀ ਵਫਾ ਨਹੀਂ ਹੋ ਪਾਇਆ ਮੈਨੂੰ ਯਾਦ ਹੈ 2016 ਚ ਸਕੂਲਾਂ ਕਾਲਜਾਂ ਦੇ ਬਾਹਰ ਗਲੀਆਂ ਮਹੱਲਿਆਂ ਜਾ ਕੇ ਯੂਥ ਕਾਂਗਰਸ ਦੇ ਤੇ ਐਨਐਸਯੂਆਈ ਦੇ ਵਰਕਰਾਂ ਨੇ ਫਾਰਮ ਭਰੇ ਸੀ ਕਿ ਮੋਬਾਈਲ ਮਿਲਣਗੇ ਹਾਲਾਤ ਐ ਹੋ ਗਏ ਕਿ 3 ਸਾਲ ਸਵਾ 3 ਸਾਲਾਂ ਚ 3 ਮੋਬਾਈਲ ਨਹੀਂ ਹਜੇ ਤੱਕ ਮਿਲ ਪਾਇਆ। ਔਰ ਉਹਦਾ ਦੁਸ਼ਪਰਵਾਹਾ ਹੋ ਗਿਆ ਕਿ ਨੌਜਵਾਨ ਜਿਹੜੇ 8ਵੀਂ 9ਵੀਂ ਚ ਪੜ੍ਹਦੇ ਸੀ ਅੱਜ ਉਹ ਮੋਬਾਈਲਾਂ ਦੀ ਵੇਟ ਕਰਦੇ ਕਰਦੇ 11ਵੀਂ 12ਵੀਂ ਚ ਫਸਟੀ ਚ ਪਹੁੰਚ ਕੇ ਫਸਟ ਇਅਰ ਚ ਪਹੁੰਚ ਕੇ। ਔਰ ਜਿਹੜੀ ਘਟਨਾ ਮਾਨਸਾ ਜ਼ਿਲ੍ਹੇ ਦੇ گاؤں ਧਰਮਕੋਟ ਚ ਹੋਈ ਏ। ਔਰਿੰਦਰ ਇਸ ਮੋਬਾਈਲ ਫੋਨ ਦੇ ਵਾਅਦੇ ਨੇ ਇੱਕ ਬੱਚੀ ਦੀ ਜਾਨ ਲੱ ਲਈ। रमनदीप कौर दी क्योंकि क्यों वो वेट कर रही थी कि सरकार मोबाइल फोन देगी लेकिन कैप्टन साहब तो वादा भुल गए गरीब मां बाप को मोबाइल फोन नहीं सरकार कह रही है कि सारी पढ़ाई स्मार्टफोन से होगी कैप्टन साहब तो और वादा कदों पूरा होगा एक सौ सतारा विधानसभा कांग्रेस ने दफ्तर खोले से कांग्रेस ने गली गली जाके फार्म भरे तो मोबाइल तीन भी नहीं दिते आज रमनदीप कौर की आत्मा पुछ रही है झंझोर झंझोर के, के कैप्टन साहब तेरा वादा तो वादा वफा नहीं हुआ लेकिन रमनदीप कौर में इस धरती तो जाना पै गया ऐसे झूठे वादे करने कैप्टन सिंह दी सरकार जनता दसे कि उन्हें मैनिफेस्टो के बाकी वादे ਘਰ ਘਰ ਨੌਕਰੀ ਦੇਣ ਦਾ ਵਾਦਾ ਉਹ ਕਦੋਂ ਪੂਰਾ ਹੋਏਗਾ 90 ਹਜ਼ਾਰ ਦੇ ਕਿਸਾਨੀ ਦੀ ਕਰਜ਼ੇ ਦਾ ਮਾਫਾ ਵਾਦਾ ਉਹ ਕਦੋਂ ਪੂਰਾ ਹੋਏਗਾ ਕਿ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿਸਾਨ ਆਤਮ ਹੱਤਿਆ ਕਰ ਰਹੇ ਵਿਦਿਆਰਥੀ ਆਤਮ ਹੱਤਿਆ ਕਰ ਰਹੇ ਵਪਾਰੀ ਆਤਮ ਹੱਤਿਆ ਕਰ ਰਹੇ ਇਹ ਕ੍ਰਮ ਕਦੋਂ ਤੱਕ ਚੱਲਦਾ ਰਹੇਗਾ ਕੈਪਟਨ ਸਾਹਿਬ ਆਪਣੇ ਵਾਦੇ ਪੂਰੇ ਕਰੋ ਜਨਤਾ ਇੰਤਜ਼ਾਰ ਕਰ ਰਹੀ ਹੈ ਕਿ ਤੁਹਾਡਾ ਵਾਦਾ ਵਫਾਕਦ ਹੋਏ ਕੈਪਟਨ ਸਾਹਿਬ ਕਹਿ ਰਹੇ ਹੈ ਕਿ ਮੈਂ ਅਗਲਾ ਮੁੱਖ ਮੰਤਰੀ ਬੰਨਾ 2022 ਚ ਜਾਖੜ ਸਾਹਿਬ ਕਹਿ ਰਹੇ ਕੈਪਟਨ ਸਾਹਿਬ ਸਾਡੇ 2022 ਦੇ ਵੀ ਕੈਪਟਨ ਹੋਣਗੇ ਕੈਪਟਨ ਸਾਹਿਬ ਬੜੇ ਸੀਨੀਅਰ ਲੀਡਰ ਨੇ ਪੰਜਾਬ ਦੇ ਮੇਰੀ ਉਹਨਾਂ ਕੇ ਬੇਨਤੀ ਹੈ ਤੁਹਾਨੂੰ ਬੈਟਿੰਗ ਦਿੱਤੀ 2017 ਤੋਂ 2022 ਦੀ ਇਸ ਵੇਲੇ ਦੀ ਪਾਰੀ ਤੇ ਖੇਲੋ ਇਸ ਵੇਲੇ ਦੀ ਪਾਰੀ ਦਾ ਰਿਪੋਰਟ ਕਾਰਡ ਤੇ ਛਾਇਆ ਕਰੋ ਹਾਲਾਤ ਹੈ ਵੇ ਕਿ ਪੰਜਾਬ ਦੇ ਅੰਦਰ ਜਿਹੜੀਆਂ ਸੜਕਾਂ 2016 'ਚ ਬਣੀਆਂ ਸੀ ਜਿਹੜੀ ਡਿਵੈਲਪਮੈਂਟ 2016 'ਚ ਹੋਈ ਸੀ ਜਿੱਥੇ ਹੋਈ ਸੀ ਉਹਨੀਆਂ ਰਹੀ ਬਾਕੀ ਅਸੀਂ ਖਤਮ ਕਰ ਦਿੱਤੀ ਜਾਂ ਪੈਸਾ ਵਾਪਸ ਬੁਲਾ ਲਿਆ ਪੰਜਾਬ ਦੀ ਜਨਤਾ ਤੁਸੀਂ 2022 'ਚ ਕੈਪਟਨ ਕਾਂਗਰਸ ਦੇ ਬਣੋਗੇ ਕਿ ਨਹੀਂ ਬਣੋਗੇ ਇਹ ਕੈਪਟਨ ਸਾਹਿਬ ਤੁਹਾਡੀ ਪਾਰਟੀ ਦਾ ਫੈਸਲਾ ਹੋਣਾ ਹੈ ਲੇਕਿਨ ਪੰਜਾਬ ਦੀ ਜਨਤਾ ਦੇ ਕੈਪਟਨ ਇਸ ਵੇਲੇ ਤੁਸੀਂ ਪੰਜਾਬ ਦੀ ਜਨਤਾ ਦੇ ਤਿਆਰ بیٹھی ਹੈ ਇਹ 2022 ਤੁਸੀਂ ਉਹਨਾਂ ਦੇ ਕੈਪਟਨ ਨਹੀਂ ਰਹਿਣ ਵਾਲੇ ਜਿਹੜੀ ਪਾਰੀ ਮਿਲੀ ਉਸ ਪਾਰੀ ਨੂੰ ਤੇ ਖੇਲ ਕੇ ਦਿਖਾਓ ਜਿਹੜਾ ਜਨਤਾ ਨੇ ਵਿਸ਼ਵਾਸ ਤੁਹਾਡੇ ਤੇ ਕੀਤਾ ਸੀ ਉਹ ਅੱਜ ਪੂਰਾ ਨਹੀਂ ਹੋ ਰਿਹਾ ਵਾਅਦਾ ਖਲਾਫੀ ਹੈ ਮੈਨੀਫੈਸਟੋ ਦਾ ਇੱਕ ਵੀ ਵਾਅਦਾ ਨਹੀਂ ਪੂਰਾ ਹੋ ਰਿਹਾ ਔਰ ਜਾਕੜ ਸਾਹਿਬ ਘੋਸ਼ਣਾ ਕਰ ਰਹੇ ਕਦੀ ਕੈਪਟਨ ਸਾਹਿਬ ਕਹਿ ਰਹੇ ਮੈਂ ਕੈਪਟਨ ਹੋਵਾਂਗਾ ਜਾਕੜ ਸਾਹਿਬ ਕਹਿੰਦੇ 2022 ਦੇ ਕੈਪਟਨ ਹੋਣਗੇ ਉਹ ਕਹਿੰਦੇ ਨਾ ਰਿਓੜੀਆਂ ਵੰਡੇ ਮੁੜ ਮੁੜ ਆਪਣੇਆਂ ਨੂੰ ਦੋਵੇ ਇਹ ਰਿਓੜੀਆਂ ਨਾ ਵੰਡੋ ਪੰਜਾਬ ਦੀ ਜਨਤਾ ਦਾ ਭਲਾ ਕਰੋ